ਇੱਕ ਮਾਤਾ ਜੀ ਹੁਣੇ ਉੱਪਰ ਗਏ ਸਨ ਦਰਸ਼ਨ ਕਰਨ ਵਾਸਤੇ, ਪੁੱਤਰ ਨੇ ਜਵਾਬ ਦਿੱਤਾ ਕਹਿੰਦੇ ਮਾਂ ਮੇਰੇ ਤੋਂ ਜਾਇਆ ਨਹੀਂ ਜਾਣਾ, ਵੀ ਮੈਂ ਤੁਹਾਨੂੰ ਤੁਹਾਡੀਆਂ ਜਾਣ ਦਾ ਪ੍ਰਬੰਧ ਕਰ ਦਿੰਦਾ, ਪਿੰਡੋਂ ਮੈਂ ਤੁਹਾਡੇ ਨਾਲ ਇੱਕ ਨੌਜਵਾਨ ਭੇਜ ਦਿੰਦਾ ਤੁਹਾਨੂੰ, ਪੰਜਾਬ ਤੋਂ ਬਾਹਰ ਰਹਿਣ ਵਾਲਾ ਸੀਗਾ। ਅਤੇ ਦਾਸ ਥੋੜ੍ਹਾ ਸੰਖੇਪ 'ਚ ਕਰਕੇ ਦੱਸੇ ਕਿ ਘੰਟਾ ਸਮਾਂ ਹੈਗਾ ਅਤੇ ਪ੍ਰਕਰਨ ਕਾਫੀ ਲੰਮਾ ਹੈਗਾ, ਅੱਗੇ ਜਾ ਕੇ ਫਿਰ ਆਪਾਂ ਤੁਕ ਤੁਕ ਦੇ ਅਰਥ ਕਰਦੇ ਤੇਜ਼ੀਆਂ ਨਿਕਲ ਜਾਵਾਂਗੇ। ਤਾਂ ਸਮਾਂ ਕੀ ਬਣਿਆ ਜਦੋਂ ਉੱਪਰ ਜਾਂਦੇ ਦਰਸ਼ਨ ਕਰਨ, ਉਹ ਜਿਹੜਾ ਨਾਲ ਇੱਕ ਸਾਥੀ ਭੇਜ ਦਿੱਤਾ ਦਰਸ਼ਨਾਂ ਵਾਸਤੇ, ਜਦੋਂ ਅੱਧ ਤੱਕ ਪਹੁੰਚ ਗਏ ਦਰਸ਼ਨਾਂ 'ਤੇ ਅਤੇ ਗੋਬਿੰਦ ਘਾਟ ਜਾ ਕੇ ਉਤਰ ਗਏ, ਅਤੇ ਕੀ ਬਣਿਆ ਸਮਾਂ, ਅੱਗੇ ਮਾਤਾ ਜੀ ਦੇ ਸਰੀਰ ਜਵਾਬ ਦੇ ਗਿਆ ਮੇਰੇ ਤੋਂ ਜਾਇਆ ਨਹੀਂ ਜਾਣਾ, ਉਹਨਾਂ ਦੇ ਬਜ਼ੁਰਗ ਅਤੇ ਜਿਹੜਾ ਉਹ ਨਾਲ ਭੇਜਿਆ ਨੌਜਵਾਨ ਅੱਗੇ ਦਰਸ਼ਨਾਂ ਵਾਸਤੇ ਚਲੇ ਗਿਆ, ਅਤੇ ਉਹਨਾਂ ਦੇ ਮਾਤਾ ਜੀ ਕੋਲ ਇੱਕ ਹੋਰ ਨੌਜਵਾਨ ਆਇਆ, ਅਤੇ ਜਿਹਨੇ ਆ ਕੇ ਕਿਹਾ ਮਾਤਾ ਜੀ ਚਲੋ ਤੁਸੀਂ ਇੱਥੇ ਕਿਉਂ ਰਹਿ ਗਏ, ਤੁਸੀਂ ਵੀ ਚਲੋ ਦਰਸ਼ਨ ਤੁਹਾਨੂੰ ਕਰਾ ਕੇ ਲਿਆਉਣਾ, ਅਤੇ ਜਵਾਬ ਸੀ ਮਾਤਾ ਦਾ ਵੀ ਪੁੱਤ ਮੇਰੇ ਤੋਂ ਜਾਇਆ ਨਹੀਂ ਜਾਣਾ। ਵਾਰ ਵਾਰ ਕਹਿਣ ਦੇ ਉੱਤੇ ਕਹਿੰਦੇ ਮਾਤਾ ਜੀ ਤੁਸੀਂ ਫਿਕਰ ਨਾ ਕਰੋ, ਤੁਸੀਂ ਮੇਰੇ 'ਤੇ ਭਰੋਸਾ ਰੱਖੋ, ਮੈਂ ਤੁਹਾਨੂੰ ਤਕਲੀਫ ਨਹੀਂ ਹੋਣ ਦਊਂਗਾ, ਤੁਸੀਂ ਇੱਥੇ ਬਹਿ ਕੇ ਵਿਰਾਗ ਕਰਦੇ ਸੀ ਮਹਾਰਾਜ ਯਾਦ ਕਰਕੇ, ਤੁਸੀਂ ਕਹਿੰਦੇ ਮਹਾਰਾਜ ਮੇਰੀ ਹਾਜ਼ਰੀ ਲਵਾ ਦਿਉ, ਮਾਤਾ ਜੀ ਮੈਂ ਤੁਹਾਡੇ ਸਰੀਰ ਤੌਰ 'ਤੇ ਤੁਹਾਡੀ ਹਾਜ਼ਰੀ ਲਵਾਉਣਾ। ਚਲੋ ਮਾਤਾ ਜੀ ਲੈ ਗਏ, ਪਤਾ ਵੀ ਨਹੀਂ ਲੱਗਿਆ ਕਦੋਂ ਉੱਪਰ ਪਹੁੰਚ ਵੀ ਗਏ, ਦਰਸ਼ਨ ਵੀ ਹੋ ਗਏ, ਇਸ਼ਨਾਨ ਵੀ ਹੋ ਗਿਆ, ਅਰਦਾਸ 'ਚ ਵੀ ਹਾਜ਼ਰੀ ਹੋ ਗਈ ਆ, ਵਾਪਸ ਵੀ ਆਏ, ਘਰ ਦੇ ਮੈਂਬਰ ਮਿਲੇ ਵੀ ਨਹੀਂ, ਪਹੁੰਚ ਵੀ ਪਹਿਲਾਂ ਗਏ ਹਲੇ ਘਰ ਦੇ ਜਿਹੜੇ ਉਹਨਾਂ ਦੇ ਸਿੰਘ ਬਜ਼ੁਰਗ ਉਹ ਵੀ ਨਹੀਂ, ਅਤੇ ਨਾਲ ਜਿਹੜਾ ਹੋਰ ਨੌਜਵਾਨ ਆਇਆ ਸੀਗਾ ਉਹ ਵੀ ਨਹੀਂ ਪਹੁੰਚਿਆ ਹਲੇ, ਉੱਥੇ ਉਡੀਕ ਰਹੇ ਨੇ, ਅਤੇ ਉਡੀਕਦਿਆਂ ਤਾਂ ਫਿਰ ਕੀ ਬਣਿਆ ਸਮਾਂ, ਉਹ ਕਹਿੰਦੇ ਮਾਤਾ ਜੀ ਮੈਨੂੰ ਆਗਿਆ ਦਵੋ ਮੈਂ ਜਾਵਾਂ, ਕਹਿੰਦੇ ਨਹੀਂ ਪੁੱਤ ਤੋਂ ਜਾਣਾ ਨਹੀਂ ਹੈਗਾ, ਵੀ ਸਾਡੇ ਸਿੰਘ ਸਾਹਿਬ ਨੂੰ ਆ ਰਹੇ ਨੇ ਬਜ਼ੁਰਗਾਂ, ਅਤੇ ਮੈਂ ਤੁਹਾਨੂੰ ਮਿਲਾਉਣਾ ਚਾਹੁੰਦੀ ਹਾਂ। ਆਏ ਅਤੇ ਕਹਿੰਦੇ ਤੂੰ ਗਈ ਨਹੀਂ ਉੱਪਰ, ਤਾਂ ਬਹੁਤ ਨਜ਼ਾਰਾ ਸੀ, ਅਤੇ ਮਾਂ ਬੇਬੀ ਉਹ ਜਿਹੜੀ ਅੱਖਾਂ ਭਰ ਕੇ ਬੈਠੀ ਆ, ਅਤੇ ਅੱਗੋਂ ਕਹਿੰਦੇ ਵੀ ਨਹੀਂ ਦਰਸ਼ਨ ਮੈਨੂੰ ਵੀ ਕਰਾ ਤੇ, ਪਰ ਆਹ ਪੁੱਤਰ ਨੇ ਮੈਨੂੰ ਕਰਾ ਕੇ ਲੈ ਕੇ ਆਏ, ਬੜੇ ਖੁਸ਼ ਹੋਏ ਵੀ ਧੰਨਵਾਦ ਤੁਹਾਡਾ। ਕਹਿੰਦੇ ਪਤਾ ਨਹੀਂ ਲੱਗਣ ਦਿੱਤਾ, ਤਕਲੀਫ ਵੀ ਨਹੀਂ ਰਾਹ 'ਚ ਕੋਈ ਹੋਣ ਦਿੱਤੀ, ਮਹਿਸੂਸ ਵੀ ਨਹੀਂ ਹੋਇਆ ਕਿਹੜੇ ਵਾਲੀ ਸੀ ਉੱਪਰ ਜਾ ਪਹੁੰਚੇ ਹਾਂ, ਕੋਈ ਸਾਹ ਨਹੀਂ ਚੜ੍ਹਨ ਦਿੱਤਾ, ਕੋਈ ਸਰੀਰ ਨੂੰ ਕਸ਼ਟ ਨਹੀਂ, ਕਮਾਲ ਦੀ ਗੱਲ। ਬਹੁਤ ਕਹਿਣ ਦੇ ਉੱਤੇ ਅਤੇ ਕਹਿੰਦੇ ਵੀ ਕਿੱਥੋਂ ਤੁਸੀਂ ਕਿਵੇਂ ਹੋ, ਅਤੇ ਦੱਸਿਆ ਜੀ ਮੈਂ ਪਟਿਆਲੇ ਤੋਂ। ਅੱਛਾ ਪਟਿਆਲੇ ਤੋਂ ਤੁਸੀਂ, ਦਾਸ ਹੁਣ ਆਪ ਜੀ ਨਾਲ ਗੱਲ ਕਰ ਰਹੇ ਹਾਂ, ਸਾਖੀ ਸੁਣਾਉਂਦੇ ਇੱਕ ਨਾ ਖਿਆਲ ਵਿੱਚ ਆ ਵੀ ਕਿੰਨੀਆਂ ਸਾਖੀਆਂ ਪਟਿਆਲੇ ਸ਼ਹਿਰ ਤੋਂ ਆ, ਕਿੰਨੀਆਂ ਸਾਖੀਆਂ ਉਹ ਨੇ ਜਿਹੜੇ ਕਿ ਦੁੱਖ ਨਿਵਾਰਨ ਗੁਰੂ ਘਰ ਵਿੱਚ ਜਿਹੜੇ ਸੇਵਾ ਕਰਦੇ ਉਹਨਾਂ ਦੀਆਂ ਹੀ ਨੇ, ਵੀ ਕਿੰਨੇ ਕੁ ਬਖਸ਼ੇ ਗੁਰੂ ਤੇਗ ਬਹਾਦਰ ਪਾਤਸ਼ਾਹ ਹਲੇ ਵੀ ਉੱਥੇ ਕਰ ਰਹੇ। ਅਤੇ ਹੁਣ ਕੀ ਬਣਿਆ ਸਮਾਂ, ਅਤੇ ਜਦੋਂ ਉਹ ਉਹਨੇ ਬੇਨਤੀ ਕੀਤੀ ਅਤੇ ਵਾਰ ਵਾਰ ਘਰ ਦੇ ਪੁੱਛਦੇ ਨੇ ਬਜ਼ੁਰਗ ਅਤੇ ਉਹ ਮਾਤਾ ਜਿਹੜੀ ਆ, ਅਤੇ ਨੌਜਵਾਨ ਕਹਿੰਦਾ ਠੀਕ ਹੈ ਜੇ ਤੁਸੀਂ ਆਪ ਜੀ ਚਾਹੁੰਦੇ ਹੋ ਤਾਂ ਤੁਸੀਂ ਇੱਕ ਕੰਮ ਕਰਿਓ, ਮੇਰੀ ਭੈਣ ਦਾ ਵਿਆਹ ਫਲਾਣੀ ਤਰੀਕ ਨੂੰ, ਤੁਸੀਂ ਜ਼ਰੂਰ ਆਇਓ ਆ ਕੇ ਦਰਸ਼ਨ ਦਿਓ। ਕਹਿੰਦੇ ਠੀਕ ਹੈ, ਐਡਰੈਸ ਲੈ ਲਿਆ ਸਾਰਾ ਕੁਝ, ਦਿਨ ਤਰੀਕ ਪੁੱਛ ਲਈ ਹੈ, ਪਰਿਵਾਰ ਵਾਪਸ ਚਲੇ ਗਿਆ, ਨੌਜਵਾਨ ਵੀ ਫਤਿਹ ਬੁਲਾ ਕੇ ਚਲੇ ਗਿਆ। ਨੌਜਵਾਨ ਫਤਿਹ ਬੁਲਾ ਕੇ ਚਲਿਆ ਗਿਆ, ਸਮਾਂ ਕੀ ਬਣਿਆ, ਉਹ ਦਿਨ ਆਇਆ ਨੌ ਆਪਦੇ ਪੁੱਤਰ ਨੂੰ ਘਰ ਪੁੱਛਿਆ ਜਾਣ ਵਾਸਤੇ, ਕਹਿੰਦੇ ਮਾਂ ਕਿੱਥੇ ਆਪਾਂ ਪੰਜਾਬ ਜਾਵਾਂਗੇ, ਸਮਾਂ ਕਿੱਥੇ ਇੰਨਾ ਆਪਣੇ ਕੋਲ, ਆਪਾਂ ਇਉਂ ਕਰਦੇ ਹਾਂ ਆਪਾਂ ਥੋੜ੍ਹਾ ਸ਼ਗਨ ਅਤੇ ਚਿੱਠੀ ਧੰਨਵਾਦ ਦੀ ਭੇਜ ਦਿੰਦੇ ਵੀ ਤੁਸੀਂ ਸਾਡੀ ਇੰਨੀ ਮਦਦ ਕੀਤੀ। ਉਹਨਾਂ ਚਿੱਠੀ ਲਿਖ ਕੇ ਭੇਜ ਦਿੱਤੀ ਵੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਮੇਰੀ ਮਾਤਾ ਨੂੰ ਉੱਥੇ ਦਰਸ਼ਨ ਕਰਾਏ, ਤੁਸੀਂ ਬੜੀ ਤੁਸੀਂ ਸੇਵਾ ਕੀਤੀ ਸਾਡੇ ਮਾਤਾ ਦੀ, ਅਤੇ ਧੰਨਵਾਦ ਸਾਡੇ ਤੋਂ ਆਇਆ ਨਹੀਂ ਗਿਆ ਵਿਆਹ ਦੇ ਉੱਤੇ, ਅਸੀਂ ਮਾਫ਼ੀ ਚਾਹੁੰਦੇ ਹਾਂ, ਆ ਸ਼ਗਨ ਕੁਛ ਤੁਹਾਨੂੰ ਦੇ ਰੂਪ ਦੇ ਵਿੱਚ ਕੁਛ ਭੇਜੀ ਉਹਨਾਂ ਨੇ। ਕੁਛ ਹਫ਼ਤੇ ਲੰਘੇ ਅਤੇ ਚਿੱਠੀ ਵਾਪਸ ਆਈ ਉਹਨਾਂ ਨੂੰ, ਕਹਿੰਦੇ ਧੰਨਵਾਦ ਤੁਹਾਡੀ ਭੇਜੀ ਹੋਈ ਚਿੱਠੀ ਅਤੇ ਤੁਹਾਡਾ ਭੇਜਿਆ ਸ਼ਗਨ ਮਿਲਿਆ, ਅਸੀਂ ਕੁਛ ਤੁਹਾਨੂੰ ਦੱਸਣਾ ਚਾਹੁੰਦੇ ਹਾਂ। ਉਹ ਕੀ ਦੱਸਣਾ ਚਾਹੁੰਦੇ ਹਾਂ, ਕਹਿੰਦੇ ਜਿਹੜਾ ਸਾਡਾ ਪੁੱਤਰ ਤੁਹਾਨੂੰ ਉੱਥੇ ਮਿਲਿਆ, ਉਹ ਅੱਜ ਤੋਂ ਇੰਨੇ ਚਿਰ ਪਹਿਲਾਂ 2 ਸਾਲ ਪਹਿਲਾਂ ਕੋਈ ਸਮਾਂ ਲਿਖਿਆ ਸੀ ਉਹਨਾਂ ਨੇ, 2 ਸਾਲ ਪਹਿਲਾਂ ਉਹ ਪਟਿਆਲੇ ਤੋਂ ਅਨੰਦਪੁਰ ਸਾਹਿਬ ਸੰਗਤ ਲੈ ਕੇ ਜਾ ਰਿਹਾ ਸੀ ਦਰਸ਼ਨ ਕਰਾਉਣ ਵਾਸਤੇ, ਰਾਹ ਵਿੱਚ ਐਕਸੀਡੈਂਟ ਇਹੋ ਜਿਹਾ ਹੋਇਆ, ਉਹਦੇ ਹਮੇਸ਼ਾ ਸੁਭਾਅ ਹੁੰਦਾ ਵੀ ਸੰਗਤਾਂ ਨੂੰ ਦਰਸ਼ਨ ਕਰਾਉਣ ਦਾ, ਐਕਸੀਡੈਂਟ ਇਹੋ ਜਿਹਾ ਹੋਇਆ ਕਿ ਉਸ ਨੌਜਵਾਨ ਦੀ ਉੱਥੇ ਮੌਕੇ 'ਤੇ ਮੌਤ ਹੋ ਗਈ, ਮੌਕੇ 'ਤੇ ਮੌਤ ਹੋ ਗਈ। ਅਤੇ ਪਰ ਸਾਨੂੰ ਕਹਿੰਦੇ ਇਸ ਗੱਲ ਦੀ ਬਹੁਤੀ ਖੁਸ਼ੀ ਹੈ, ਉਹ ਭਾਵੇਂ ਸਰੀਰ ਤੌਰ 'ਤੇ ਨਹੀਂ ਰਿਹਾ, ਆਤਮਿਕ ਤੌਰ 'ਤੇ ਹੁੰਦਾ ਵੀ ਜਿਹੜੇ ਜਿਹੜਾ ਉਹਨੂੰ ਚਾਅ ਪਹਿਲਾਂ ਤੋਂ ਸੀ, ਅੱਜ ਵੀ ਉਹ ਵੀ ਸੇਵਾ ਕਰ ਰਿਹਾ।